ਕਲਾ ਚੱਲ ਫੜ ਗਾਣੇ ਦਾ ਫੇਰ ਕਰ ਦਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਉਮੀਦ ਕਰਦਾ ਸਾਰੇ ਠੀਕ ਹੋਵੋਗੇ। ਵੈਲਕਮ ਹੈ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ। ਅੱਜ ਹੈ ਜੀ 16 ਤਰੀਕ, ਮੱਘਰ ਦੇ ਮਹੀਨੇ ਦੀ ਸੰਗਰਾਂਦ। ਅਤੇ ਸੁਬਹਾ ਸੁਬਹਾ ਮੈਂ ਉੱਠ ਖੜਿਆ, ਮੈਂ ਉੱਠਿਆ ਸੀ 7 ਵਜੇ। 7 ਵਜੇ ਆਪਾਂ ਨਹਾ ਧੋ ਕੇ ਤਿਆਰ ਹੋ ਗਏ ਗੁਰਦੁਆਰਾ ਸਾਹਿਬ ਜਾਣ ਦੇ ਲਈ। ਅਤੇ ਗੁਰਦੁਆਰਾ ਸਾਹਿਬ ਜਾਣ ਤੋਂ ਪਹਿਲਾਂ ਆਪਾਂ ਇੱਕ ਥਾਂ 'ਤੇ ਜਾ ਕੇ ਆਉਣਾ ਗਾ। ਅਤੇ ਹੁਣ ਮੈਂ ਮੋਟਰਸਾਈਕਲ ਕੱਢ ਲਿਆ, ਬਸ ਮੋਟਰਸਾਈਕਲ ਘਰੋਂ ਕੱਢ ਕੇ ਹੁਣ ਆਪਾਂ ਚੱਲਦੇ ਹਾਂ। ਅਤੇ ਉੱਥੇ ਜਾ ਕੇ ਦੱਸਦੇ ਹਾਂ ਕਿ ਆਪਾਂ ਕੀ ਕਰਨਾ ਹੈ ਅਤੇ ਕਿੱਥੇ ਚੱਲੇ ਹਾਂ। ਹਾਂਜੀ, ਅਸੀਂ ਪਹੁੰਚੇ ਹਾਂ ਜੀ ਭੁਰਥਲੇ ਸੋਨੂ ਹਲਵਾਈ ਦੇ। ਅਤੇ ਦੱਸ ਦੇ ਇੱਥੇ ਆਪਾਂ ਨੂੰ ਕੀ ਕੰਮ। ਅਸੀਂ ਆਏ ਹਾਂ ਭੁਰਥਲੇ ਸੋਨੂ ਹਲਵਾਈ ਦੇ ਗੁਰਦੁਆਰੇ। ਪਾਠ ਹੋਣ ਤੋਂ ਪਹਿਲਾਂ ਪਹਿਲਾਂ ਹਰ ਮਹੀਨੇ ਦੀ ਸੰਗਰਾਂਦ ਨੂੰ ਸਾਡੇ ਪਿੰਡ ਗੁਰਦੁਆਰਾ ਸਾਹਿਬ ਲੰਗਰ ਲਗਾਇਆ ਜਾਂਦਾ ਹੈਗਾ ਗੁਰਦੁਆਰਾ ਸਾਹਿਬ। ਅਤੇ ਇਸ ਵਾਰ ਪ੍ਰਸ਼ਾਦੇ ਦਾ ਲੰਗਰ ਨਹੀਂ ਕੀਤਾ ਹੈਗਾ ਕਿਸੇ ਨੇ ਵੀ, ਦਾਲ ਰੋਟੀ ਦਾ। ਇਸ ਵਾਰ ਨੇ ਸਮੋਸੇ ਅਤੇ ਨਾਲ ਨੂੰ ਹੈਗੀ ਆ ਚਾਹ। ਚਾਹ ਦਾ ਲੰਗਰ ਅਤੇ ਸਮੋਸੇ ਦਾ ਲੰਗਰ ਰੱਖਿਆ ਗਿਆ ਇਸ ਵਾਰ ਇਸ ਸੰਗਰਾਂਦ ਨੂੰ। ਅਤੇ ਉਹੀ ਆਪਾਂ ਵੀਰੇ ਹੋਣੇ ਤਾਂ ਸਮੋਸੇ ਕਰਵਾਏ ਸੀ ਇਕੱਠੇ ਪੈਕ, ਹੁਣ ਸਮੋਸੇ ਚੱਕਣ ਆਇਆ ਸੀ ਇੱਥੋਂ ਮੈਂ ਅਤੇ ਸੁਖਮਨ। ਮੈਂ ਸੁਖਮਨ ਨੂੰ ਬਿਠਾ ਕੇ ਆ ਗਿਆ ਸੀ ਇੱਧਰ ਨੂੰ, ਕਿਉਂਕਿ ਦੋ ਜਾਣਿਆਂ ਵੀ ਜਾਣਗੇ, ਇੱਕ ਜਾਣ ਤੋਂ ਜਾਣ ਨਹੀਂ ਹੈਗੇ। ਵੱਡਾ ਡੱਬਾ ਗਾ, ਵੱਡੇ ਡੱਬੇ ਦੇ ਵਿੱਚ ਨੇ ਸਮੋਸੇ। ਅਤੇ ਬਸ ਇੱਥੋਂ ਵੀਰੂਣੀ ਚਟਣੀ ਪੈਕ ਕਰ ਦਿੰਦੇ ਹੁਣ, ਫਿਰ ਚੱਲਦੇ ਹਾਂ ਆਪਾਂ ਘਰ ਨੂੰ ਜੀ। ਮੇਰੇ ਅੰਕਲ ਰਹਿੰਦੇ ਨੇ ਕੈਨੇਡਾ, ਹਾਤਮ ਸਿੰਘ ਰਾਏ। ਉਹ ਨਾ ਸਿਟੀਜ਼ਨ ਨੇ ਉੱਥੇ, ਸਾਰੀ ਫੈਮਿਲੀ ਵੀ ਉਹਨਾਂ ਦੀ ਬਾਹਰ ਹੀ ਆ ਉੱਥੇ ਉੱਧਰ ਕੈਨੇਡਾ ਦੇ ਵਿੱਚ। ਅਤੇ ਅੱਜ ਤੋਂ 8-9 ਮਹੀਨੇ ਪਹਿਲਾਂ ਸਾਡੇ ਪਿੰਡ ਗੁਰਦੁਆਰਾ ਸਾਹਿਬ ਸੰਗਰਾਂਦ ਵਾਲੇ ਦਿਨ ਕੋਈ ਲੰਗਰ ਨਹੀਂ ਸੀ ਲੱਗਦਾ ਹੁੰਦਾ। ਉਹਨਾਂ ਨੇ ਕਿਹਾ ਸੀ ਮੇਰੇ ਪਾਪਾ ਨੂੰ ਵੀ, ਜਾਣੀ ਕਿ ਡਿਊਟੀ ਦਿੱਤੀ ਇੱਕ, ਵੀ ਗੁਰਦੁਆਰਾ ਸਾਹਿਬ ਹਰ ਮਹੀਨੇ ਸੰਗਰਾਂਦ ਦੇ ਟਾਈਮ, ਹਰ ਸੰਗਰਾਂਦ ਨੂੰ, ਹਰ ਮਹੀਨੇ ਦੀ ਸੰਗਰਾਂਦ ਨੂੰ ਗੁਰੂ ਘਰ ਲੰਗਰ ਲਾਇਆ ਜਾਊਗਾ। ਵੀ ਗੁਰੂ ਘਰ ਲੰਗਰ ਲਾਉਣ ਦਾ ਜੋ ਵੀ ਖਰਚਾ ਹੋਊਗਾ ਵੀ ਉਹ ਸਾਰਾ ਮੈਂ ਆਪਦੀ ਜੇਬ 'ਚ ਦਊਂਗਾ। ਚਾਹੇ ਆਪਾਂ ਸਿੰਪਲ ਦਾਲ ਰੋਟੀ ਕਰਨੀ ਹੈ ਗੁਰੂ ਘਰ, ਚਾਹੇ ਆਪਾਂ ਕੋਈ ਵੀ ਜਿਵੇਂ ਅੱਜ ਦੇ ਦਿਨ ਸਮੋਸੇ ਚਾਹ ਕੀਤਾ ਗਾ, ਇਹਦਾ ਲੰਗਰ ਲਾਇਆ ਗਾ, ਚਾਹੇ ਇਹ ਹੋਵੇ ਜਾਂ ਫਿਰ ਕਈ ਵਾਰ ਰੋਟੀ ਦੇ ਨਾਲ ਸਿੰਪਲ ਪ੍ਰਸ਼ਾਦ ਦੇ ਨਾਲ ਮਿੱਠੀ ਚੀਜ਼ ਹੁੰਦੀ ਹੈ ਕੋਈ ਨਾ ਕੋਈ, ਜਾਂ ਖੀਰ ਹੁੰਦੀ ਆ, ਜਲੇਬੀਆਂ ਹੁੰਦੀਆਂ ਨੇ। ਉਹ ਕਹਿੰਦੇ ਸਾਰਾ ਖਰਚਾ ਮੈਂ ਆਪਣੇ ਪੱਲਿਆਂ ਦਊਂਗਾ, ਵੀ ਬਸ ਹਰ ਮਹੀਨੇ ਸੰਗਰਾਂਦ ਵਾਲੇ ਦਿਨ ਲੰਗਰ ਚੱਲਣਾ ਚਾਹੀਦਾ ਹੈਗਾ ਗੁਰਦੁਆਰਾ ਸਾਹਿਬ। ਹੁਣ ਅੱਜ ਅਸੀਂ ਜਿਹੜੇ ਵੀ ਸਮੋਸੇ ਲੈਣਾ ਹੈ ਇਕੱਠੇ, ਅਤੇ ਉਹਦਾ ਸਾਰਾ ਖਰਚਾ ਉਹ ਅੰਕਲ ਦੇਣਗੇ। ਅਤੇ ਉਹ ਅੰਕਲ ਦੀ ਬਦੌਲਤ ਸਾਡੇ ਗੁਰਦੁਆਰਾ ਸਾਹਿਬ ਹਰ ਮਹੀਨੇ ਹੁਣ ਜਿਹੜੀ ਵੀ ਸੰਗਰਾਂਦ ਆਉਂਦੀ ਆ ਗੁਰੂ ਘਰ ਲੰਗਰ ਚੱਲਦਾ। ਸਮੋਸੇ ਬਸ ਹੋ ਗਏ ਤਿਆਰ, ਡੱਬੇ 'ਚ ਪਾਤੇ ਵੀਰੇ ਨੇ, ਅਤੇ ਬਸ ਮੱਖੀ ਹੋਈਆਂ ਪਰੇ ਕਰਕੇ ਆਪਾਂ ਡੱਬੇ ਨੂੰ ਬੰਦ ਕਰ ਦਿੰਦੇ ਹਾਂ। ਹੁਣ ਇੱਥੋਂ ਥੋੜ੍ਹੀ ਜਿਹੀ ਚੇਪੀ ਲਾ ਲੈਂਦੇ ਹਾਂ, ਚਟਣੀ ਦਿੰਦਾ ਗਾ ਵੀਰਾ ਬੋਤਲਾਂ 'ਚ ਪਾ ਕੇ, ਅਤੇ ਫਿਰ ਆਪਾਂ ਚੱਲਦੇ ਹਾਂ ਘਰ ਨੂੰ। ਅਤੇ ਇੱਕ ਲੈਤੀਆਂ ਨੇ ਪਲੇਟਾਂ, ਜਿਹੜੇ ਪਲਾਸਟਿਕ ਦੀਆਂ ਪਲੇਟਾਂ ਹੁੰਦੀਆਂ ਉਹ ਲੈਤੀਆਂ ਨੇ ਆਪਾਂ 60-70, ਕੁਛ ਕੁ ਗੁਰਦੁਆਰਾ ਸਾਹਿਬ ਪਈਆਂ ਨੇ ਆਪਣੇ। ਵੀਰੇ ਨੂੰ ਪੇਮੈਂਟ ਕਰਤੀ ਤੁਹਾਨੂੰ ਵੀਰੇ ਨੂੰ, ਅਤੇ ਬਸ ਹੁਣ ਡੱਬਾ ਚੱਕ ਕੇ ਮੋਟਰਸਾਈਕਲ 'ਤੇ ਰੱਖ ਕੇ ਹੁਣ ਆਪਾਂ ਚੱਲਦੇ ਹਾਂ। ਲਫਾਫਾ ਫੜਦਾ ਗਾ, ਉਹ 'ਚ ਲਫਾਫੇ 'ਚ ਪਾਉਂਦੇ ਹਾਂ ਜਿਹੜੀਆਂ ਆਪਾਂ ਕੌਲੀਆਂ ਵਗੈਰਾ ਦੇ, ਸੌਸ ਵਗੈਰਾ ਲੈਤੀ ਹੈ ਨਾਲ। ਅਤੇ ਚਲੋ ਜੀ ਹੁਣ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਜਾ ਕੇ ਮਿਲਦੇ ਹਾਂ। ਹਾਂਜੀ, ਗੁਰਦੁਆਰਾ ਸਾਹਿਬ ਸੀ, ਹੋ ਗਈ ਸਮਾਪਤੀ, ਭੋਗ ਪੈ ਗਏ ਅਤੇ ਬਸ ਲੰਗਰ ਹਾਲ ਆਪਾਂ ਝਾੜੂ ਲਾ ਤਾ, ਅਤੇ ਜੋ ਦਰੀਆਂ ਵਸਾਈਆਂ ਸੀ ਇੱਥੇ ਉਹ ਵੀ ਸਾਰੀਆਂ ਚੱਕ ਕੇ ਆਪਾਂ ਅੰਦਰ ਰੱਖਤੀਆਂ। ਅਤੇ ਬਸ ਜੀ ਹੁਣ ਆਪਾਂ ਚੱਲਦੇ ਹਾਂ ਘਰ ਨੂੰ, ਇੱਕ ਦੋ ਹੋਰ ਕੰਮ ਨੇ ਜਾ ਕੇ ਉਹ ਵੀ ਕਰਦੇ ਹਾਂ ਹੁਣ। ਚਲੋ ਜੀ ਮਿਲਦੇ ਹਾਂ ਹੁਣ ਆਪਾਂ ਤੁਹਾਨੂੰ ਅੱਗੇ ਜਾ ਕੇ। ਹਾਂਜੀ, ਗੁਰਦੁਆਰਾ ਸਾਹਿਬ ਤੋਂ ਆ ਗਏ ਸੀ ਘਰੇ ਮੈਂ, ਅਤੇ ਆ ਕੇ ਪਹਿਲਾਂ ਤੋਂ ਉੱਪਰਲੀ ਮੈਂ ਕੋਟੀ ਉਤਾਰੀ ਆ, ਗਰਮੀ ਬਹੁਤ ਜ਼ਿਆਦਾ ਆਉਂਦੀ ਆ, ਬਹੁਤ ਜ਼ਿਆਦਾ ਧੁੱਪ ਇੰਨੀ ਜ਼ਿਆਦਾ ਕੈੜੀ ਲੱਗਦੀ ਆ ਨਾ ਕੁਛ, ਮੈਂ ਗਰਮੀ ਬਹੁਤ ਜ਼ਿਆਦਾ ਮੰਨਦਾ ਗਾ। ਬਸ ਹੁਣ ਆਪਾਂ ਗੁਰਦੁਆਰੇ ਤੋਂ ਘਰੇ, ਅਤੇ ਆਹ ਦੇਖੋ ਇਹ ਆ ਟੇਪ, ਇਹ ਤੁਹਾਨੂੰ ਕੀ ਲੱਗਦਾ ਕਿੱਥੇ ਲਾਉਣੀ ਹੋਣੀ ਆਪਾਂ ਟੇਪ ਜਿਹੜੀ ਚੱਕੀ ਫਿਰਦੇ ਹਾਂ, ਕਿੱਥੇ ਲਾਉਣੀ ਤੈਨੂੰ ਪਤਾ ਇਹ?
ਕਿੱਥੇ ਲਾਉਣੀ ਹੈ ਪਤਾ ਮੈਨੂੰ ਇਹ ਲਾਉਣੀ ਹੈ ਜੀ ਅਸੀਂ ਜਿਹੜੀ ਉਹ ਵਾਈਫਾਈ ਦੀ ਵਾਈਫਾਈ ਦੀ ਤਾਰ ਨਹੀਂ ਸੀ ਮੱਚ ਗਈ ਹੈਗੀ ਉਹਦੇ 'ਤੇ ਲਾਉਣੀ ਹੈ ਇਹ ਟੇਪ ਆਪਾਂ ਤੁਸੀਂ ਇੱਕ ਮੁੰਡਾ ਦੇਖਿਆ ਹੋਣਾ ਆਪਣੇ ਵਲੌਗ ਦੇ ਵਿੱਚ ਹਰਮਨ ਫਰੈਂਡ ਆ ਆਪਣਾ ਉਹਨੇ ਜਦੋਂ ਨਵਾਂ ਉਹਨੇ ਮੋਬਾਈਲ ਲਿੱਤਾ ਗਾ ਹੁਣ ਦਿਵਾਲੀ ਤੋਂ ਦੂਜੇ ਦਿਨ ਲੈ ਕੇ ਆਇਆ ਗਾ ਮੋਬਾਈਲ ਅਤੇ ਜਦੋਂ ਉਹਨੇ ਮੋਬਾਈਲ ਲਿੱਤਾ ਗਾ ਦੋ ਤਿੰਨ ਕੁ ਦਿਨ ਹੋ ਗਏ ਘਰੋਂ ਬਾਹਰ ਹੀ ਨਹੀਂ ਆ ਰਿਹਾ ਇੰਨਾ ਜ਼ਿਆਦਾ ਆਉਂਦਾ ਥੋੜ੍ਹਾ ਕੁ ਟਾਈਮ ਮਿਲਦਾ ਬਸ ਫਿਰ ਘਰੇ ਚਲੇ ਜਾਂਦਾ ਗਾ ਮੋਬਾਈਲ ਦੇ ਚੌ ਚੌ 'ਚ ਅਤੇ ਹੁਣ ਉਹਨੂੰ ਫੋਨ ਲਾਉਂਦੇ ਹਾਂ ਅੱਜ ਉਹਨੂੰ ਛੁੱਟੀ ਆ ਸਕੂਲ ਤੋਂ ਘਰੇ ਅੱਜ ਉਹ ਅਤੇ ਗੁਰਸੇਵਕ ਵੀ ਘਰੇ ਆ ਹੈਰੀ ਅਤੇ ਸੁਖਮਨ ਕਾਲਜ ਗਏ ਹੋਏ ਨੇ ਉਹਨਾਂ ਨੂੰ ਅੱਜ ਜ਼ਰੂਰੀ ਕਾਲਜ ਜਾਣਾ ਪਿਆ ਫਿਰ ਅੱਜ ਗੁਰਦੁਆਰਾ ਸਾਹਿਬ ਵੀ ਮੈਂ ਅਤੇ ਗੁਰਸੇਵਕ ਕੇ ਸੀ ਦੋ ਜਾਣੇ ਹਰਮਨ ਵੀ ਨਹੀਂ ਆਇਆ ਹੈਗਾ ਅਤੇ ਜਿਹੜਾ ਇੱਕ ਮੁੰਡਾ ਤੁਸੀਂ ਲਵੀ ਦੇਖਿਆ ਹੋਣਾ ਗਾ ਵਲੌਗ ਦੇ ਵਿੱਚ ਹੈ ਨਾ ਲਵੀ ਆਇਆ ਗਾ ਅਤੇ ਉਹ ਵੀ ਕਿਤੇ ਕੰਮ ਗਿਆ ਹੋਇਆ ਸੀ ਹੁਣ ਆਪਾਂ ਫੋਨ ਲਾਉਂਦੇ ਹਾਂ ਹਰਮਨ ਨੂੰ ਦੇਖੀ ਕੀ ਕਹਿੰਦਾ ਗਾ ਹੈਲੋ ਹਾਂ ਭਾਈ ਤੂੰ ਆਉਂਦਾ ਆਉਂਦੇ ਨਹੀਂ ਹੈਗਾ ਹੁਣ ਹੁਣ ਕਦ ਕ ਆਉਣਾ ਫਿਰ ਘਰ ਹੀ ਹਾਂ ਅੱਜ ਅਸੀਂ ਉਹ ਬਸ ਕਰ ਤੂੰ ਫੁੱਦੂ ਘੱਟ ਲਾਇਆ ਕਰ ਆ ਜਾ ਮੈਂ ਤਾਂ ਗੁਰਦੇਵ ਘਰ ਸੀ ਆ ਜਾ ਕਰਾਂ ਕੋਠੇ 'ਤੇ ਆ ਸੀ ਆ ਜਾ ਕਰਾਂ ਚੰਗਾ ਉਹ ਤੂੰ ਫੁੱਦੂ ਨਾ ਲਾ ਤੂੰ ਆ ਜਾ ਘਰ ਨੂੰ ਆ ਜਾ ਚੰਗਾ ਆਇਆ ਚੰਗਾ ਤੁਹਾਨੂੰ ਇੱਕ ਚੀਜ਼ ਦਿਖਾਈਏ ਜਿਹੜਾ ਉਦਣ ਦਾ ਦਿਵਾਲੀ ਵਾਲੇ ਦਿਨ ਦਾ ਗੰਦ ਪਾਇਆ ਹੋਇਆ ਕੋਠੇ 'ਤੇ ਆ ਦੇਖੋ ਆ ਬਹੁਤ ਭਾਰੀ ਆ ਓਏ ਸੱਟ ਲੱਗਦੀ ਆ ਮਾਰਨ ਦੀ ਜਦ ਤੱਕ ਆਪਾਂ ਉਹ ਜਿਹੜੀ ਵਾਈਫਾਈ ਦੀ ਤਾਰ ਮੱਚੀ ਸੀ ਉਸ ਦਿਨ ਉਹਦੇ 'ਤੇ ਆਪਾਂ ਟੇਪ ਲਪੇਟ ਦਈਏ ਵੀ ਟੇਪ ਲਾ ਦਈਏ ਉਹਦੇ 'ਤੇ ਅਤੇ ਤਾਂ ਕਿ ਜਦ ਕਿ ਬਾਰਿਸ਼ ਆਵੇ ਜਾਂ ਕਿਤੇ ਵੀ ਮੀਂਹ ਆਵੇ ਕਿਸੇ ਟਾਈਮ ਕੋਈ ਨੁਕਸਾਨ ਨਾ ਹੋਵੇ ਜ਼ਿਆਦਾ ਨਹੀਂ ਉਹਦੇ ਵਿੱਚ ਪਾਣੀ ਚਲੇ ਜਾਣਾ ਗਾ ਉਹਦੇ ਹੋਲ ਜਿਹਾ ਹੋ ਗਿਆ ਸਾਈਡ 'ਤੇ ਅਤੇ ਜਿਹੜੀ ਵਿਚਲੀ ਵਾਇਰ ਆ ਵਿਚਲੀ ਚਿੱਟੇ ਰੰਗ ਦੀ ਉਹ ਦਿਖਣ ਲੱਗ ਗਈ ਉਹ ਲੁਕੋ ਦਿੰਦੇ ਆਪਾਂ ਇਹਦੇ ਨਾਲ ਘਰੇ ਪਈ ਸੀ ਇੱਕ ਪਰ ਉਹ ਟਰਾਂਸਪੇਰੈਂਟ ਸੀ ਚੇਪੀ ਜਿਹੜੀ ਹੁੰਦੀ ਆ ਟੇਪ ਉਹ ਨਹੀਂ ਲਾਉਣੀ ਉਹਦੇ ਨਾਲੋਂ ਆਹ ਵਧੀਆ ਰਹਿੰਦੀ ਆ ਹਲੇ ਹੈ ਨਾ ਤਾਰ ਤੂਰ 'ਤੇ ਜੇ ਕਿਸੇ ਵੀ ਵਾਇਰ 'ਤੇ ਲਾਉਣੀ ਹੋਵੇ ਆਹ ਸਪੈਸ਼ਲ ਟੇਪ ਹੁੰਦੀ ਆ ਇਹ ਲਾਉਂਦੇ ਹੁਣ ਆਪਾਂ ਚਲੋ ਜੀ ਆ ਜਾਓ ਆਹ ਤਾਰ ਆ ਉਹ ਆਹ ਦੇਖੋ ਜਿਹੜੀ ਆਹ ਵਾਇਰ ਦੇ ਵਿੱਚ ਚਿੱਟੇ ਜਿਹੇ ਰੰਗ ਦੀ ਹੋ ਜਾਂਦੀ ਹੈ ਨਾ ਤਾਰ ਜਾਂਦੀ ਆ ਇੱਕ ਇਹ ਦੇਖਣ ਲੱਗ ਗਈ ਹੈ ਨਾ ਆਹ ਪਈ ਆ ਉਹ ਸੁੱਕਣੀ ਲੈ ਫੜ ਲਪੇਟ ਗਿਆ ਕਰੰਟ ਤਾਂ ਨੀ ਮਾਰੂ ਕਿਤੇ ਮਾਈ ਨਾਲ ਲਪੇਟਿਆ ਜਾਵਾਂ ਦੇਖੀ ਨਹੀਂ ਐ ਥੋੜੀ ਆ ਦੱਸ ਲੈ ਕਮਾਲ ਕਰਦਾ ਦੱਸ ਕੇ ਮਾਰੂ ਮੈਂ ਥੋੜੀ ਆ ਕੋਈ ਨੀ ਜੇ ਲੱਗਿਆ ਹੋਇਆ ਤੂੰ ਪਰੇ ਹੋ ਜੀ ਮੁੜ ਕੇ ਨਾ ਪੰਗਾ ਲਈ ਉੱਪਰ ਚੱਕ ਲਾ ਉੱਪਰ ਚੱਕ ਲੈਣ ਕੰਮ ਖੜਾ ਲਈਆਂ ਦੇਖ ਲਾ ਨਹੀਂ ਨਹੀਂ ਐ ਨੀ ਖਿੱਚੀ ਜਾਂਦੀ ਹੈਗੀ ਛੱਡੀ ਹੋਈ ਆ ਥੋੜੀ ਜਿਹੀ ਆਪਾਂ ਉਧਰ ਪਿੱਛੇ ਵੀ ਛੱਡੀ ਹੋਈ ਆ ਕਾਫੀ ਜ਼ਿਆਦੇ ਵਾਧੂ ਛੱਡੀ ਹੋਈ ਆ ਕੌਣ ਹਰਮਨ ਸੀ ਕੋਈ ਇਹਨੂੰ ਦੁਬਾਰੇ ਕਰਦੇ ਹੁਣ ਆਹ ਦੇਖ ਬਸ ਆਹ ਮੇਨ ਮੇਨ ਬਸ ਆਪਾਂ ਚਿੱਟਾ ਜਿਹਾ ਲਗਾਉਣਾ ਹੈ ਤੂੰ ਨੀ ਸੀ ਹੈਗਾ ਨਾ ਪਰ ਉਦਣ ਹੈਨਾ ਦਿਵਾਲੀ ਵਾਲੇ ਦਿਨ ਹਾਂ ਘਰੋਂ ਫੋਨ ਆ ਗਿਆ ਇਹਦੇ ਨਾਲ ਹੋਈ ਸੀ ਮਾੜੀ ਇਹ ਨਾ ਸਾਨੂੰ ਕਰੇ ਦੋ ਤਿੰਨ ਦਿਨਾਂ ਦਾ ਕਹਿੰਦਾ ਪੜਾਕੇ ਚਲਾਵਾਂਗੇ ਬਾਬੇ ਪੜਾਕੇ ਚਲਾਵਾਂਗੇ ਕਹਿੰਦਾ ਇਸ ਵਾਰ ਲੈ ਕੇ ਆਉਣੇ ਨੇ ਵਧੀਆ ਖੁੱਲ੍ਹੇ ਪੜਾਕੇ ਲੈ ਕੇ ਆਉਣੇ ਨੇ ਵਿਚਾਰੇ ਦੇ ਪੜਾਕੇ ਚਲਾਉਣ ਦੀ ਵਾਰੀ ਆਈ ਫਿਰ ਇਹਦੇ ਘਰ ਦੇ ਕਹਿੰਦੇ ਆ ਜਾ ਦੋ ਮਿੰਟ 'ਚ ਆ ਜਾ ਹੁਣੇ ਆ ਜਾ ਕਰੀ ਕਹਿੰਦੇ ਫਿਰ ਇਹਨੂੰ ਘਰੇ ਮੁੜਨਾ ਬਸ ਬਹੁਤ ਆ ਵਾਧੂ ਗਾਹਾਂ ਨਾਲ ਬੇਟੀ ਦਾ ਥੋੜ੍ਹੀ ਜਿਹੀ ਇੱਥੋਂ ਗਾਹਾਂ ਜਾ ਕੇ ਉਹ ਕਰਦੀ ਮੋੜਦੀ ਹੁਣ ਬਸ ਬਸ ਇੱਥੋਂ ਕੱਟਦੇ ਹਾਂ ਹੁਣ ਦੇਖੀ ਮੈਡਮ ਜੀ ਕਿ ਉਹਦਾ ਨਹੀਂ ਹੈਗੀ ਠੀਕ ਹੈ ਹੈ ਨਾ ਬਸ ਚਲੋ ਜੀ ਤਾਰ ਦਾ ਤਾਂ ਕੰਮ ਕਰਤਾ ਆਪਾਂ ਇਹਦੇ ਬਿਨਾਂ ਵੀ ਨਹੀਂ ਸਰਨਾ
ਜੇ ਖੜ ਖੜ ਗਿਆ ਨਾ ਫਿਰ ਪਿੱਛੋਂ ਕੰਮ ਕਰਨ ਨੂੰ ਬਹੁਤ ਜ਼ਿਆਦਾ ਟਾਈਮ ਲਾ ਆਉਂਦੇ ਨੇ ਉਹ, ਚਾਰ ਚਾਰ ਪੰਜ ਪੰਜ ਦਿਨ ਹਫ਼ਤਾ ਵਾਂਗੂ ਵੀ ਕੱਢ ਦਿੰਦੇ ਨੇ ਇਹ ਜੇ ਵਾਈਫਾਈ ਵਾਲੇ ਕਈ ਵਾਰ, ਅਤੇ ਕਿਉਂਕਿ ਤਾਰ ਪਾਉਣੀ ਸਾਰੇ ਕਈ ਕੋਠਿਆਂ ਉੱਪਰ ਦੀ ਕਈ ਘਰਾਂ ਉੱਪਰ ਦੀ ਤਾਰ ਦੁਬਾਰੇ ਲੈ ਕੇ ਆਉਣੀ ਪੈਂਦੀ ਆ, ਉਹਦੇ ਕਰਕੇ ਫਿਰ ਹੁਣ ਆਪਾਂ ਇੱਕ ਦੇਸੀ ਜਗਾੜ ਲਾ ਲਿਆ ਘਰੀ ਟੇਪ ਜੀ ਲਪੇਟਤੀ ਵੀ ਕੱਲ੍ਹ ਨੂੰ ਪਾਣੀ ਪੂਣੀ ਪਵੇ ਨਾ ਉਹਦੇ ਨਾਲੋਂ ਪਹਿਲਾਂ। ਆਹ ਮੋਬਾਈਲ ਲਿਆਂਦਾ ਜੀ ਮੁੰਡੇ ਨੇ, ਕਿਹੜਾ ਕਹੇ? ਰੀਅਲਮੀ ਨਾਰਜੋ N53। ਅੱਛਾ, ਰੀਅਲਮੀ ਨਾਰਜੋ N53 ਹੈ। ਕੈਮਰੇ ਕਿਹਦੇ ਵਾਂਗ ਨੇ ਦੇਖ ਲਾ? ਆਈਫੋਨ ਵਾਂਗ। ਫੀਲਿੰਗ ਆਉਂਦੀ ਫਿਰ ਤਾਂ ਆਈਫੋਨ ਵਾਲੀ ਪੂਰੀ। ਅੱਛਾ, ਮੈਂ ਕਹਿੰਦਾ ਤੂੰ ਤਾਂ ਉਹ ਵੀ ਆਈਫੋਨ ਵਾਲਾ ਲਾਈ ਬੈਠੋ। ਮੈਂ ਕਹਿੰਦਾ ਨਹੀਂ ਹਟਾ ਤਾ, ਲੀਕ ਨਾ ਕਰਦੀ। ਨਹੀਂ ਨਹੀਂ ਮੁੰਡੇ ਨੇ ਨਵਾਂ ਫੋਨ ਤਾਂ ਲਿਆਂਦਾ, ਬਸ ਹੁਣ ਇੱਕ ਚੀਜ਼ ਦੀ ਕਮੀ ਆ। ਸੋਚ ਬੁੱਝੋ ਕਿਹੜੀ ਚੀਜ਼ ਦੀ ਕਮੀ ਹੋਣੀ ਹੁਣ? ਬਸ ਇੱਕ ਚੀਜ਼ ਦੀ ਕਮੀ ਉਹ ਹੈਗੀ ਆ, ਪਾਰਟੀ ਦੀ। ਕਰ ਦੇਣੀ ਆ ਮੈਂ ਵੀ ਪਾਰਟੀ ਕਹਿੰਦਾ ਬਈ, ਕਰ ਦੇਣੀ ਆ ਪਾਰਟੀ। ਮੈਂ ਕਦੋਂ ਲੈਣੀ ਆ ਨਾਲ ਨਵਾਂ ਸਿਮ ਵੀ ਲੈਤਾ, ਇਹਦੇ ਕੋਲ ਸਿਮ ਨੀ ਸੀਗਾ ਕੋਈ ਵੀ, ਤੇ ਮੇਰੇ ਕੋਲ ਤਾਂ ਇਹਦਾ ਨੰਬਰ ਸੇਵ ਆ, ਹੈਰੀ ਕੋਲ ਨਹੀਂ ਇਹਦਾ ਨੰਬਰ ਸੇਵ ਹੈਗਾ। ਹੁਣ ਕਹਿੰਦਾ ਆਪਾਂ ਹੈਰੀ ਨੂੰ ਫੋਨ ਲਾਉਂਦੇ ਹਾਂ, ਹੈਰੀ ਨੂੰ ਇੱਕ ਪ੍ਰੈਂਕ ਕਾਲ ਕਰਦੇ ਹੈਰੀ ਨਾਲ। ਹੈਰੀ ਚੱਕਣਾ ਕਿੱਥੇ ਤੂੰ? ਲੋਕੇਸ਼ਨ ਸੈਂਡ ਕਰ ਆਪਣੀ। ਅੱਛਾ, ਹੁਣ ਤੂੰ ਮੈਨੂੰ ਐਂ ਦੱਸ, ਇਹੀ ਫੋਨ ਲੈਣ ਦਾ ਕੀ ਰੀਜ਼ਨ ਸੀ ਤੇਰਾ? ਕੀ ਇਹੋ ਜਿਹਾ ਤੈਨੂੰ ਚੰਗਾ ਕੀ ਲੱਗਿਆ ਸੀ ਇਹ ਫੋਨ 'ਚ? ਇਹ ਸਾਰਾ ਕੁਛ ਵਧੀਆ। ਮਾਰਕੀਟ ਦੇ ਵਿੱਚ ਦੋਸਤੋ, ਮਾਰਕੀਟ ਦੇ ਵਿੱਚ ਦੋਸਤੋ 6128 ਫੋਨ ਚੱਲ ਰਹੇ ਨੇ, ਇਹ ਆਪਣੇ ਵਾਲਾ 8128 ਆ ਬਈ। 8 GB ਰੈਮ ਆ, ਕਿੰਨਾ? 128 GB ਇੰਟਰਨਲ ਸਟੋਰੇਜ ਹੈ ਨਾ। SSD ਕਾਰਡ ਆਪਾਂ ਬਾਅਦ 'ਚ ਵੀ ਪਾ ਸਕਦੇ ਹਾਂ ਨਾ, ਅੱਡ ਪਾ ਸਕਦੇ ਹਾਂ। ਓਕੇ, ਇਹਨੂੰ ਮੈਨੂੰ ਪਤਾ ਇਹਨੂੰ ਕਿਉਂ ਵਧੀਆ ਲੱਗਿਆ ਇਹ ਪਿੱਛੋਂ ਤਾਂ, ਜਿਹੜੇ ਦੇ 3 ਕੈਮਰੇ ਨੇ ਹੈ ਨਾ ਲੁੱਕ ਕਰਕੇ। ਚਲੋ ਜੀ, ਹੁਣ ਆਪਾਂ ਹੈਰੀ ਨੂੰ ਇੱਕ ਪ੍ਰੈਂਕ ਕਾਲ ਕਰਦੇ ਹਾਂ, ਦੇਖਦੇ ਹਾਂ ਉਹਦਾ ਕੀ ਰਿਐਕਸ਼ਨ ਹੁੰਦਾ ਹੈਗਾ, ਅਤੇ ਗੱਲ ਕੌਣ ਕਰੂ ਤੁਹਾਡੇ ਦੋਨਾਂ 'ਚੋਂ? ਮੈਂ ਤਾਂ ਗੱਲ ਕਰਨੀ ਨਹੀਂ, ਮੇਰੀ ਤਾਂ ਆਵਾਜ਼ ਪਛਾਣ ਜੂਗਾ ਉਹ। ਹਾਂ ਤੇ ਕੌਣ ਕਰੂਗਾ? ਕਰੇਂਗੇ ਹਰਮਨ? ਮੈਂ ਵਟਸਐਪ 'ਤੇ ਮੈਸੇਜ ਛੱਡਤਾ, ਮੈਸੇਜ ਦੇਖਦੀ ਹਾਂ ਕਿਉਂਕਿ ਹਾਸਾ ਨਿਕਲ ਜਾਂਦਾ ਮੇਰਾ ਤਾਂ ਯਾਰ। ਅੱਛਾ, ਤੂੰ ਕਰੇਂਗਾ ਕਰ ਸੇਵ ਕਰ? ਹੈਂ, ਆ ਗਿਆ ਮੈਸੇਜ, ਆ ਗਿਆ ਹੈਰੀ ਦਾ, ਕਹਿੰਦਾ ਕੌਣ ਕਿੱਥੇ ਆ ਪੁੱਤ? ਭੜਕ ਗਿਆ ਬਸ, ਕੀ ਪੁੱਤ ਕੌਣ ਆ ਤੂੰ? ਜਿੰਨੀ ਤੂੰ ਇਹਦੀ ਰੀਲ ਬਣਾਉਣ ਦੀ ਕੋਸ਼ਿਸ਼ ਕਰੇਗਾ ਮੈਨੂੰ ਜਾਣਦਾ ਗਾ, ਉਨੀ ਦੁੱਗਣੀ ਬਣਾਓ ਤੇਰੀ। ਤੇਰਾ ਟਾਈਮ ਚੱਕਣਾ ਬੱਚ ਕਰ, ਦੀਦੀ ਆ ਤੂੰ ਕਿੱਧਰੋਂ ਦਿਖਾਈ ਟਾਈਮ ਚੱਕਾ, ਕਿੱਧਰੋਂ ਆ ਤੂੰ? ਰੱਬ ਨੇ ਡਿਊਟੀ ਲਈ, ਰੱਬ ਨੇ ਪਹਿਲਾਂ ਕਹਿ ਦੇਣਾ ਸਾਰਿਆਂ ਨੂੰ ਜਿਹੜਾ ਸੀ ਇਹ ਮਜ਼ਾਕ ਹੈਰੀ ਨਾਲ ਕਰਨ ਲੱਗੇ ਹੋਇਆ, ਤੁਸੀਂ ਨਾ ਕੋਈ ਵੀ ਐਵੇਂ ਟਰਾਈ ਕਰਿਓ ਸਾਡੀ ਵੀਡੀਓ ਦੇਖ ਕੇ ਫੋਨ ਕਰਨ। ਅਸੀਂ ਤਾਂ ਇੱਕ ਜਸਟ ਮਜ਼ਾਕ ਦੇ ਲਈ ਕਰਦੇ ਹਾਂ, ਕਈ ਵਾਰੀ ਨਾ ਕੀ ਹੁੰਦਾ ਗਾ ਕੋਈ ਬੰਦਾ ਜ਼ਿਆਦਾ ਸੀਰੀਅਸ ਲੈ ਜਾਂਦਾ ਗਾ ਚੀਜ਼ ਨੂੰ, ਕੋਈ ਬਈ ਉਹ ਵੀ ਕਿਸੇ ਬਗਾਨੇ ਨਾਲ ਸੀ, ਅਤੇ ਆਪਦੇ ਆਪਦੇ ਭਾਈ ਨਾਲ ਕਰਦੇ ਹਾਂ ਫੋਨ ਲਾਈ। ਹੁਣ ਮੈਂ ਵਲੌਗ ਸਟਾਰਟ ਕਰ ਦਾਂਗਾ ਐਸਟੀਮੇਟ 3 ਘੰਟੇ ਬਾਅਦ, ਤੇ ਜਦੋਂ ਕੋਠੇ ਤੇ ਸੀ ਅਸੀਂ 3 ਜਣੇ, ਉਦੋਂ ਅਸੀਂ ਨੀਚੇ ਆ ਗਏ ਸੀ, ਹਰਮਨ ਤੇ ਗੁਰਸੇਵਕ ਆਪਦੇ ਘਰ ਨੂੰ ਚਲੇ ਗਏ, ਤੇ ਬਸ ਜੀ ਫਿਰ ਮੈਂ ਵੀ ਆ ਗਿਆ ਨੀਚੇ, 2 ਘੰਟੇ ਮੈਂ ਸੌਂ ਗਿਆ, ਸੁਸਤੀ ਜਿਹੀ ਹੋਈ ਪਈ ਸੀ। ਅਤੇ ਅੱਜ ਜਿਵੇਂ ਸੰਗਰਾਂਦ ਆ, ਅਸੀਂ ਚੱਲੇ ਗੁਰਦੁਆਰਾ ਸਾਹਿਬ ਮੱਥਾ ਟੇਕਣ, ਗੁਰੂ ਨਾਨਕ ਸਰ ਗੁਰਦੁਆਰਾ ਗਾ ਜਿਹੜਾ ਤੁਸੀਂ ਪਹਿਲਾਂ ਬਲੌਗ ਦੇ ਵਿੱਚ ਦੇਖਿਆ ਹੋਣਾ ਹੈ। ਅਤੇ ਹੋਇਆ ਪਤਾ ਕਿ ਪਿਛਲੀ ਐਤਵਾਰ ਦੀ ਜਿਹੜੀ ਦੀਵਾਲੀ ਸੀ, ਅਸੀਂ ਹਰੇਕ ਐਤਵਾਰ ਤੁਹਾਨੂੰ ਦੱਸਿਆ ਸੀ ਵੀ ਜਾਂਦੇ ਹੁੰਦੇ ਹਾਂ, ਮੇਰੀ ਫੈਮਿਲੀ ਵੀ ਜਾਂਦੀ ਹੁੰਦੀ ਆ ਉਸ ਗੁਰਦੁਆਰੇ, ਪਰ ਹੁਣ ਇਸ ਐਤਵਾਰ ਜਾ ਨਹੀਂ ਹੋਇਆ ਦੀਵਾਲੀ ਕਰਕੇ, ਕੰਮ ਕਈ ਜ਼ਿਆਦਾ ਸੀ ਅਤੇ ਉਹਦੇ ਕਰਕੇ ਟਾਈਮ ਨਹੀਂ ਲੱਗਿਆ ਜਾਣ ਦਾ, ਉਹਦੇ ਤਾਂ ਕਰਕੇ ਆਪਾਂ ਹੁਣ ਚੱਲੇ ਹਾਂ, ਕਿਉਂਕਿ ਮੈਂ ਕੋਈ ਵੀ ਨਾਂਗਾ ਨਹੀਂ ਪਾਉਂਦਾ ਹੁੰਦਾ ਹੈਗਾ ਐਤਵਾਰ ਵਾਲੇ ਦਿਨ। ਤਾਂ ਕੱਢ ਲਿਆ ਜੀ ਆਪਣਾ ਹੀਰੋ, ਚੱਲੀਏ ਫਿਰ ਜੀ।
ਹੁਣ ਥੋੜ੍ਹਾ ਜਿਹਾ ਬਾਹਰ ਆਇਆ, ਹਵਾ ਲੱਗੀ ਆ ਸਰੀਰ ਨੂੰ, ਹੁਣ ਥੋੜ੍ਹੀ ਜਿਹੀ ਸੁਸਤੀ ਦੂਰ ਹੋਈ ਆ। ਚਲੋ ਜੀ ਚੱਲਦੇ ਹਾਂ ਗੁਰਦੁਆਰਾ ਸਾਹਿਬ ਕਰਦੇ ਹਾਂ ਦਰਸ਼ਨ। ਜੀ ਅਸੀਂ ਪਹੁੰਚ ਗਏ ਗੁਰਦੁਆਰਾ ਸਾਹਿਬ ਅਤੇ ਹੈਰੀ ਨੂੰ ਕਿਸੇ ਬਾਬਾ ਜੀ ਨੇ ਆਵਾਜ਼ ਮਾਰ ਲਈ, ਅਸੀਂ ਵੀ ਜਾ ਕੇ ਉਹਨਾਂ ਥੋੜ੍ਹੀ ਜਿਹੀ ਹੈਲਪ ਕਰਾ ਦਈਏ। ਉਹ ਕੁਛ ਕੁ ਨਾ ਬੋਰੀਆਂ ਹੁੰਦੀਆਂ ਨੇ ਜੋ ਚਕਵਾ ਕੇ ਅੰਦਰ ਰਖਾਉਣੀਆਂ ਹੁੰਦੀਆਂ ਨੇ ਅਤੇ ਉਹ ਰਖਵਾ ਦਿੰਦੇ ਹਾਂ, ਫਿਰ ਆਪਾਂ ਟੇਕਦੇ ਹਾਂ ਮੱਥਾ ਜੀ ਇੱਧਰ ਜਿੱਥੇ ਪ੍ਰਸ਼ਾਦਾ ਤਿਆਰ ਹੁੰਦਾ ਹੈਗਾ ਜੀ। ਹਾਂਜੀ ਗੁਰਦੁਆਰਾ ਸਾਹਿਬ ਮੱਥਾ ਟੇਕ ਲਿਆ ਅਤੇ ਬਸ ਹੁਣ ਆਪਾਂ ਚੱਲਦੇ ਹਾਂ ਜੀ ਘਰ ਨੂੰ। ਅੱਜ ਸੰਗਰਾਂਦ ਸੀ ਅਤੇ ਪਿੰਡ ਵਾਲੇ ਗੁਰਦੁਆਰਾ ਸਾਹਿਬ ਵੀ ਮੱਥਾ ਟੇਕ ਲਿਆ, ਸੇਵਾ ਵੀ ਕਰ ਲਈ ਅੱਜ। ਅਤੇ ਪਿਛਲੇ ਐਤਵਾਰ ਨੂੰ ਮਿਤਵਾਰ ਨਹੀਂ ਹੋਇਆ ਗੁਰਦੁਆਰਾ ਸਾਹਿਬ, ਜਿਵੇਂ ਮੈਂ ਪਹਿਲਾਂ ਦੱਸਿਆ ਹੈਗਾ ਪਿੱਛੇ। ਅਤੇ ਮੈਂ ਨਾ ਕਿਸੇ ਵੀ ਐਤਵਾਰ ਨੂੰ ਨਾਂਗਾ ਨਹੀਂ ਪਾਉਂਦਾ ਇਸ ਗੁਰਦੁਆਰਾ ਸਾਹਿਬ ਆਉਣ ਦੇ ਲਈ। ਜਦੋਂ ਮੇਰਾ ਨਾਂਗਾ ਕਦੇ ਪੈ ਵੀ ਜਾਵੇ, ਕਦੇ ਮਹੀਨੇ 'ਚ ਜਾਂ ਕਦੇ 2 ਮਹੀਨੇ ਬਾਅਦ ਕਦੇ ਵੀ ਕਿਸੇ ਇੱਕ ਐਤਵਾਰ ਨਾਂਗਾ ਪੈ ਜਾਵੇ ਨਾ, ਮੈਨੂੰ ਅੰਦਰੋਂ ਐਂ ਲੱਗੀ ਜਾਂਦਾ ਹੁੰਦਾ, ਫੀਲ ਹੋਈ ਜਾਂਦਾ ਹੁੰਦਾ ਵੀ ਅੱਜ ਗੁਰਦੁਆਰਾ ਸਾਹਿਬ ਨਹੀਂ ਜਾ ਹੋਇਆ, ਮੈਂ ਤੋਂ ਐਤਵਾਰ ਲੰਘ ਗਿਆ ਮੇਰਾ ਐਵੇਂ। ਅਤੇ ਫਿਰ ਉਦੋਂ ਬਾਅਦ ਉਦੋਂ ਕਿਸੇ ਦਿਨ, ਚਾਹੇ ਸੋਮਵਾਰ ਨੂੰ, ਮੰਗਲਵਾਰ ਨੂੰ, ਕਿਸੇ ਵੀ ਦਿਨ, ਉਦੋਂ ਕਹਾਂਗਾ ਹਫ਼ਤੇ ਵਾਲੇ ਦਿਨ ਅਗਲੇ ਐਤਵਾਰ ਤੋਂ ਪਹਿਲਾਂ ਪਹਿਲਾਂ ਮੈਂ ਇੱਕ ਵਾਰੀ ਗੁਰਦੁਆਰਾ ਸਾਹਿਬ ਜ਼ਰੂਰ ਆਉਣਾ ਹੁੰਦਾ ਗਾ। ਹੁਣ ਆਪਾਂ ਚੱਲਦੇ ਹਾਂ ਘਰ ਨੂੰ, ਗੁਰਸੇਵਕ ਨੇ ਵੀ ਸ਼ਹਿਰ ਨੂੰ ਜਾ ਕੇ ਆਉਣਾ ਗਾ, ਇਹਨੇ ਪੈਂਟ ਲੈਣੀ ਆ ਸਕੂਲ ਨੂੰ। ਇਹ ਕਹਿੰਦਾ ਮੇਰੇ ਡੇਲੀ ਸਕੂਲ ਦੇ ਵਿੱਚ ਮੈਨੂੰ ਉਹ ਕਰਦੇ ਨੇ, ਬੋਲਦੇ ਨੇ ਪੈਂਟ ਪਿੱਛੇ। ਅਤੇ ਹੁਣ ਇਹ ਜਾ ਕੇ ਆਊਗਾ ਸ਼ਹਿਰ ਨੂੰ। ਆਮ ਹੋ ਗਈ, ਪਹਿਲਾਂ ਹੀ ਮੈਂ ਤੈਨੂੰ ਕਿਹਾ ਸੀ ਹੁਣ ਇੱਕ ਦਿਨ ਹੋਰ ਸਾਰ ਲੈ, ਇੱਕ ਦਿਨ ਹੋਰ ਖਾਲਾ ਗਾਲਾ ਸਕੂਲ 'ਚ ਬਿੱਟੀ ਗੱਲ ਹੈ ਨਾ। ਅਤੇ ਇਹ ਕਹਿੰਦਾ ਸਰਨਾ ਨਹੀਂ ਹੈਗਾ ਇੱਕ ਦਿਨ। ਲਓ ਜੀ ਅਸੀਂ ਪਹੁੰਚ ਗਏ ਹਾਂ ਸ਼ਹਿਰ ਮਲੇਰਕੋਟਲੇ। ਆਹ ਜਿਹੜਾ ਆਹ ਮੁੰਡਾ ਹੈਗਾ, ਹਾਂ ਇਹ ਸਕੂਲ ਤਾਂ ਜਾਂਦਾ ਪਰ ਵਰਦੀ ਨਹੀਂ ਪਾ ਕੇ ਜਾਂਦਾ। ਇਹਨੇ ਆਪਦੀ ਵਰਦੀ ਲੈਣੀ ਸੀ ਅਤੇ ਬਾਕੀ ਮੈਨੂੰ ਤਾਂ ਹੈਰੀ ਨੂੰ ਇੱਕ ਦੁੱਖ ਕੰਮ ਅਜੇ ਬਸ ਉਹ ਕੰਮ ਜੇ ਕਰ ਦਿਆ। ਚਲੋ ਅੱਜ ਚਲੋ ਜੀ ਅੱਗੇ ਜਾ ਕੇ ਮਿਲਦੇ ਹਾਂ। ਕੱਪੜੇ ਸੋਰੀ ਲੋਹੀਆ ਡਰੈਸ ਲੈ ਲਈ ਸਕੂਲ ਦੀ ਇਹਨੇ ਆਪ ਨੂੰ ਅਤੇ ਆ ਦੁਕਾਨ ਤੋਂ। ਬਸ ਹੁਣ ਇੱਕ ਕੰਮ ਉਹ ਕਰਨ ਚੱਲਦੇ ਹਾਂ, ਫਿਰ ਆਪਾਂ ਚੱਲਦੇ ਹਾਂ ਪਿੰਡ ਨੂੰ। ਲੋਈ ਆਪਦੇ ਅਸੀਂ ਸਾਰੇ ਕੰਮ ਕਰਕੇ ਅਤੇ ਆਹ ਮੁੰਡੇ ਦੀ ਸਕੂਲ ਡਰੈਸ ਲੈ ਕੇ ਆਪਾਂ ਪਹੁੰਚ ਚੁੱਕੇ ਹਾਂ ਹੁਣ ਕੁਲਚੇ ਵਾਲੇ ਦੇ। ਅਤੇ ਮੇਰੇ ਕੋਲ ਟਰੱਕ ਯੂਨੀਅਨ ਦੇ ਵਿੱਚ ਜਿਹੜੀ ਪੈਟਰੋਲ ਪੰਪ ਆ ਟਰੱਕ ਯੂਨੀਅਨ ਦੇ ਵਿੱਚ, ਉਹਦੇ ਸਾਹਮਣੇ ਲੱਗਿਆ ਹੁੰਦਾ ਗਾ ਇਹ, ਮਤਲਬ ਕਿ 2-3 ਸਾਲ ਹੋ ਗਏ ਇਹਦੇ ਕੁਲਚੇ ਖਾਂਦੇ ਨੂੰ ਸਾਨੂੰ। ਮਲੇਰਕੋਟਲੇ ਬਹੁਤ ਕੋਲ ਚੱਲਦੇ ਪਰ ਇਹਦਾ ਟੇਸਟ ਮੈਨੂੰ ਸਭ ਤੋਂ ਬੈਸਟ ਲੱਗਿਆ ਗਾ, ਸਭ ਤੋਂ ਬੈਸਟ। ਆਹ ਮਸਾਲਾ ਇੱਕ ਤੁਹਾਨੂੰ ਦਿਖਾਉਂਦੇ ਹਾਂ, ਇਹਦੇ ਨਾਲ ਨਾ ਆਹ ਕੁਲਚੇ ਦਾ ਟੇਸਟ ਐਡ ਬਣ ਜਾਂਦਾ ਗਾ। ਕਿਹੜਾ ਕਹੇ ਨਾਮ ਨਹੀਂ ਪਤਾ ਕਿਹੜਾ ਕਹੇ, ਪਰ ਚੱਲ ਪਾ ਲਾ ਉੱਪਰ ਤਾਈ। ਬਸ 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 ਹਰੀ ਚਟਣੀ ਲਾਲ ਹੀ ਮੈਂ ਨਹੀਂ ਲਾਉਂਦਾ ਹੈਗਾ ਜਿੰਨੀ ਹਰੀ ਲਾਉਂਦਾ ਹੈਗਾ, ਅਤੇ ਨਾਲ ਆਹ ਮਸਾਲਾ ਬਸ ਫੇਰ ਇਹਦੇ ਨਾਲ ਖਾਧਾ ਹੈਗਾ ਕੁਲਚਾ ਸਵਾਦ ਨਾਲ। ਕਿਹੜਾ ਕਹੇ ਕੇਸਰ ਬਦਾਮ ਇਹ 2 ਇੱਧਰ ਲੈ ਲਈਆਂ ਅਤੇ ਪਹਿਲਾਂ ਕੋਕ ਪੀਂਦੇ ਹੁੰਦੇ ਹਾਂ ਸਾਰਾ ਆਹ ਪੀਂਦੇ, ਇਹ ਚੀਜ਼ ਵੀ ਘੈਂਟ ਹੁੰਦੀ ਆ, ਬਹੁਤ ਜ਼ਿਆਦਾ ਟੇਸਟੀ ਹੁੰਦੀ ਹੈ।
टाइम बहुत हो गया सू आया बस हम एक बाद आप करके दे लेना गा और कोई काम नहीं रहना पर हम आप चलते घर में लेट बहुत हो गए। हाँ जी हूँ आप गए पिंड गुरद्वारा साहब रुके सी मैं तो हैरी बाबा जी काम से कोई तो गुरद्वारा साहब का समान जहाँ लेना सी हूँ असी हूँ मैं जा रहा घर हैरी घर लै गया मोटरसाइकिल तो मैं तुरै जा रहा घर बस अज एक छोटा जहा ब्लॉग बनाया गया जी गुरद्वारा साहब मत्था टेक आए संग्रांद से मत्था टेक लिया अज जे जे काम से आप कर ले सारे जी मेरे को जाना सी जाया गुरसेवक ने भी ले ली अपनी स्कूल वाली ड्रैस तो चलो ठीक है जी हूँ आप चल दिया घर उम्मीद करता सारे अपना ब्लॉग वधिया लगा होगा जे सारे अपना ब्लॉग वधिया लगे तो लाइक कमेंट जरूर करना तो चैनल में सबसक्राइब जरूर करो जी। ओके जी बाय। We'll be right back.